ਡਿਵੀਜ਼ਨ ਪਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਥੈਂਕ ਯੂ ਵੈਰੀ ਮੱਚ ਫੋਰ ਜੁਆਇਨਿੰਗ ਅਸ ਤੁਹਾਡਾ ਆਪਣਾ ਪ੍ਰੋਗਰਾਮ ਡੀਸੀ ਨਾਈਟ ਵਿਦ ਪੌਲ ਬਾਟ ਔਰ ਮੈਂ ਤੁਹਾਡਾ ਆਪਣਾ ਅਜ਼ੀਜ਼ ਪੌਲ ਬਾਟ ਸਟੂਡੀਓ 'ਚ ਮੇਰੇ ਨਾਲ ਸਾਡੇ ਯੂਥ ਦੇ ਸਰਦਾਰ ਪਵਨ ਸਿੰਘ ਚੇਚੇ ਤੌਰ 'ਤੇ ਪਹੁੰਚੇ ਨੇ ਸੋ ਤੁਹਾਡੀ ਯਾਦ ਦੇ ਨਾਲ ਮੈਂ ਜੀ ਆਇਆਂ ਕਹਿਣਾ ਚਾਹੁੰਦਾ ਸਰ ਪਵਨ ਸਿੰਘ ਜੀ ਜੀ ਆਇਆਂ ਨੂੰ ਥੈਂਕ ਯੂ ਫੋਰ ਹੈਵਿੰਗ ਮੀ ਵੈਰੀ ਗੁੱਡ ਸਰ 28 ਤਰੀਕ ਨੂੰ ਜੋ ਨਿਊਯਾਰਕ ਦੇ ਵਿੱਚ ਸਿੱਖ ਡੇ ਪਰੇਡ ਸੀਗੀ ਉਹਦੇ ਤੁਸੀਂ ਹਾਜ਼ਰੀ ਲਾ ਕੇ ਆਏ ਹੋ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇ ਦਵਾਂ ਬੜਾ ਸਕਸੈਸਫੁਲ ਰਿਹਾ ਔਰ ਚਾਹਾਂਗਾ ਕਿ ਜਿਹੜੇ ਸਾਡੇ ਵਿਊਰਸ ਨੇ ਦੂਰ ਦੁਰਾਡੇ ਬੈਠੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਜਾਣੂ ਕਰਾ ਦਿਓ ਕਿ ਕੀ ਰਿਹਾ ਇਸ ਸਾਲ ਉਸ ਪਰੇਡ ਦਾ ਐਂਡ ਰਿਜ਼ਲਟ ਤਾਂ ਆਪਾਂ ਚਲੋ ਕੁਛ ਗੱਲਾਂ ਸੋਚ ਕੇ ਹੀ ਇਹ ਜਿਹੜੇ ਪ੍ਰੋਗਰਾਮ ਉਹ ਲਿਖੇ ਜਾਂਦੇ ਨੇ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਮਤਲਬ ਆਪਣਾ ਇਸ ਦਾ ਕਾਰਨ ਪ੍ਰੋਗਰਾਮਾਂ ਦੇ ਕਾਰਨ ਬਣਦਾ ਉਹ ਹੈਗੀ ਸਿੱਖ ਆਈਡੈਂਟੀ ਰਾਈਟ ਜਿੱਥੇ ਅਸੀਂ ਸਿੱਖਾਂ ਦੀ ਦਸਤਾਰ ਦੀ ਗੱਲ ਦੱਸਦੇ ਹਾਂ ਕਿ ਸਾਡੇ ਲਈ ਦਸਤਾਰ ਕਿਉਂ ਜ਼ਰੂਰੀ ਹੈ ਔਰ ਮੈਂ ਚਾਹਾਂਗਾ ਕਿ ਅੱਜ ਕੱਲ੍ਹ ਇਹ ਚੀਜ਼ ਕਰਨੀ ਹੋਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਕਿ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਹੋਏ ਹਾਂ ਅਸੀਂ ਇੱਥੋਂ ਦੇ ਲੋਕਾਂ ਨੂੰ ਦੱਸੀਏ ਦਸਤਾਰ ਤੋਂ ਜਾਣੂ ਕਰਾਈਏ ਜ਼ਰੂਰੀ ਕਿਉਂ ਹੈ ਹੁਣ ਜੋ ਪਿਛਲੇ ਦਿਨੀ ਤੁਸੀਂ ਦੇਖਿਆ ਹੈ ਕਿ ਭਾਰਤ ਦੀ ਹਕੂਮਤ ਦੇ ਜੋ ਸਰਕਾਰੀ ਜੱਜ ਨੇ ਉਹਨਾਂ ਨੇ ਵੀ ਸਿੱਖਾਂ ਨੂੰ ਪੁੱਛਿਆ ਹੈ ਕਿ ਕੀ ਤੁਹਾਡੇ ਲਈ ਪੱਗ ਬੰਨਣੀ ਜ਼ਰੂਰੀ ਹੈ ਐਸਾ ਹਾਸੋਹੀਨ ਸਵਾਲ ਹੈ ਕਿ ਇੱਕ ਇੰਡੀਅਨ ਮਤਲਬ ਸਿੱਖਾਂ ਨੂੰ ਪੁੱਛ ਰਿਹਾ ਹੈ ਚਲੋ ਕੈਰੀ ਓਨ ਪਲੀਜ਼ ਸੋ ਉਹ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਜੋ ਉਹ ਜਾਣ ਜਾਣ ਕੇ ਛੇੜਖਾਨੀਆਂ ਕਰਦੇ ਨੇ ਸਿੱਖ ਆਈਡੈਂਟੀ 'ਤੇ ਅਟੈਕ ਕੀਤੇ ਜਾਂਦੇ ਨੇ ਸੋ ਉਹਨਾਂ ਲਈ ਵੀ ਬਹੁਤ ਵੱਡੀ ਇਹ ਮਿਸਾਲ ਬਣ ਰਹੀ ਹੈ ਕਿ ਖਾਲਸੇ ਨੇ ਝੰਡੇ ਜੋ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਗੱਡੇ ਹੋਏ ਨੇ ਉਹਦੀਆਂ ਧੁੰਮਾਂ ਪੰਜਾਬ ਤੱਕ ਪੈਣਗੀਆਂ ਇੰਡੀਆ ਤੱਕ ਪੈਣਗੀਆਂ ਇਹਨਾਂ ਨੂੰ ਪਤਾ ਲੱਗੇਗਾ ਕਿ ਸਿੱਖ ਜੋ ਨੇ ਉਹ ਬੜੀ ਹੋਣਹਾਰ ਕੌਮ ਹੈ ਔਰ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਔਰ ਅਸੀਂ ਕਿਸੇ ਨੂੰ ਨੀਚਾ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਮਾਨਵਤਾ ਦੀ ਬਰਾਬਰਤਾ ਦੀ ਗੱਲ ਕਰਦੇ ਹਾਂ ਕੈਸੀ ਗੱਲ ਔਰ ਜਿਹੜੀ ਸਭ ਤੋਂ ਬਾਖੂਬੀ ਦੀ ਗੱਲ ਹੈ ਕਿ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਇਹ ਪਰੇਡ ਦਾ ਜਿਹੜਾ ਸੰਪੂਰਨ ਹੋਈ ਹੈ ਹਾਂਜੀ ਬਿਲਕੁਲ ਲਗਭਗ ਜਿੰਨੀਆਂ ਵੀ ਜਥੇਬੰਦੀਆਂ ਦੇ ਤੁਸੀਂ ਨਾਂ ਲੈ ਸਕਦੇ ਹੋ ਹੋਰ ਧਾਰਮਿਕ ਸੰਸਥਾਵਾਂ ਨੇ ਹਰ ਵਰਗ ਦਾ ਜਿਹੜਾ ਸਿੱਖ ਹੈ ਉੱਥੇ ਪਹੁੰਚਦਾ ਹੈ ਇਹ ਈਸਟ ਕੋਸਟ ਦੀ ਸਾਡੀ ਸਭ ਤੋਂ ਵੱਡੀ ਪਰੇਡ ਜੋ ਹੈ ਉਹ ਮੰਨੀ ਜਾਂਦੀ ਨਿਊਯਾਰਕ ਵਾਲੀ ਪਰੇਡ ਜਿਹੜੀ ਸਭ ਤੋਂ ਮੰਨੀ ਜਾਂਦੀ ਕੋਈ ਸ਼ੱਕ ਨਹੀਂ ਔਰ ਕਈ ਸਾਲਾਂ ਤੋਂ ਸਾਲ ਬਾ ਸਾਲ ਚੱਲਦੀ ਆ ਰਹੀ ਹੈ ਬਿਲਕੁਲ ਜੀ ਸੋ ਕਿਉਂ ਨਾ ਆਪਾਂ ਉਹਨਾਂ ਸਾਰੇ ਪ੍ਰਬੰਧਕਾਂ ਨੂੰ ਜਿਹੜੇ ਇਸ ਪਰੇਡ ਨੂੰ ਹਰ ਸਾਲ ਕੰਡਕਟ ਕਰਦੇ ਨੇ ਉਹਨਾਂ ਨੂੰ ਆਪਣੇ ਵੱਲੋਂ ਵਧਾਈ ਦੇ ਦਈਏ ਬਿਲਕੁਲ ਵਧਾਈ ਦੇ ਪਾਤਰ ਨੇ ਬਿਲਕੁਲ ਪ੍ਰਬੰਧਕਾਂ ਦਾ ਬਿਲਕੁਲ ਧੰਨਵਾਦ ਕਰਨਾ ਚਾਹੀਦਾ ਔਰ ਮੈਂ ਇੱਥੇ ਨਾਲ ਨਾਲ ਸਮਝਾਂਗਾ ਕਿ ਸਮੁੱਚੀ ਸਿੱਖ ਕੌਮ ਦਾ ਵੀ ਧੰਨਵਾਦ ਸਾਨੂੰ ਕਰਨਾ ਚਾਹੀਦਾ ਜਿਹੜੇ ਉੱਥੇ ਹੁੰਮ ਹਮਾ ਕੇ ਪਹੁੰਚਦੇ ਨੇ ਔਰ ਪ੍ਰੋਗਰਾਮ ਨੂੰ ਸਫਲ ਕਰਦੇ ਨੇ ਜੇ ਪੰਜਾਬੀ 'ਚ ਕਹਿੰਦੇ ਵੀਹਾਂ ਖੱਤ ਕੇ ਪਹੁੰਚਦੇ ਨੇ ਬਿਲਕੁਲ ਜੀ ਵਹੀਰਾਂ ਖੱਤ ਕੇ ਬਿਲਕੁਲ ਵਹੀਰਾਂ ਖੱਤ ਕੇ ਹਾਂਜੀ ਕੈਸੀ ਗੱਲ ਹੈ ਪਵਨ ਜੀ 7 ਅਪ੍ਰੈਲ ਨੂੰ ਵਾਸ਼ਿੰਗਟਨ DC 'ਚ ਸਿੱਖ ਡੇ ਪਰੇਡ ਹੋਣੀ ਸੀ ਹਾਂਜੀ ਵੈਦਰ ਖਰਾਬ ਹੋਣ ਕਰਕੇ ਪੋਸਟਪੋਨ ਕੀਤੀ ਗਈ ਹੈ ਮੈਂ ਚਾਹੁੰਦਾ ਕਿ ਉਹ ਵੀ ਦਿਨ ਬੜੇ ਨੇੜੇ ਆ ਰਹੇ ਨੇ ਮਈ ਦੇ ਵਿੱਚ ਕਿਉਂ ਨਾ ਤੁਸੀਂ ਉਹ ਵੀ ਸਾਂਝ ਪਾ ਲਓ ਸਾਰੇ ਵਿਊਰਸ ਨਾਲ ਪਲੀਜ਼ ਹਾਂਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ 7 ਅਪ੍ਰੈਲ 2018 ਨੂੰ ਹੋਣ ਵਾਲੀ ਸਿੱਖ ਡੇ ਪਰੇਡ ਵਾਸ਼ਿੰਗਟਨ DC ਪੋਸਟਪੋਨ ਕੀਤੀ ਗਈ ਸੀਗੀ ਕੈਂਸਲ ਨਹੀਂ ਸੀ ਕੀਤੀ ਗਈ ਉਹ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਜਦੋਂ ਠੰਡ ਅਤੇ ਬਰਫ਼ਬਾਰੀ ਹੋਣ ਦੇ ਚਾਂਸਿਸ ਸੀਗੇ ਅਤੇ ਇਹ ਜਿਹੜੀ ਪਰੇਡ ਹੈ ਪੋਸਟਪੋਨ ਕਰਕੇ 19 ਮਈ 2018 ਦਿਨ ਸ਼ਨਿਚਰਵਾਰ ਵਾਸ਼ਿੰਗਟਨ DC ਵਿਖੇ ਕੌਂਸਟੀਟਿਊਸ਼ਨ ਅਤੇ 20th Street ਤੋਂ ਦੁਪਹਿਰੇ 12 ਵਜੇ ਲੈ ਕੇ ਇਹ 2:30 ਤੋਂ 3 ਵਜੇ ਦੇ ਦਰਮਿਆਨ ਕੈਪੀਟਲ ਹਾਈਟਸ ਪਹੁੰਚੇਗੀ ਔਰ ਅਸੀਂ ਆਸ ਰੱਖਦੇ ਹਾਂ ਕਿ ਦੂਰੋਂ ਦੂਰੋਂ ਵੀ ਸਿੱਖ ਸੰਗਤਾਂ ਜੋ ਨੇ ਉਹ ਆਪਣੇ ਜ਼ਰੂਰੀ ਕੰਮ ਛੱਡ ਕੇ ਕੰਮਾਂ 'ਚੋਂ ਟਾਈਮ ਲੈ ਕੱਢ ਕੇ ਉੱਥੇ ਜ਼ਰੂਰ ਪਹੁੰਚਣਗੇ ਔਰ ਇਹ ਪ੍ਰੋਗਰਾਮ ਨੂੰ ਫਿਰ ਸਫਲ ਕਰਨਗੇ ਇਹ ਵੀ ਪਰੇਡ ਜਿਹੜੀ ਆਪਣੀ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਲੇਕਿਨ ਆਪਾਂ ਇਹ ਗੱਲ ਆਪਣੇ ਵਿਊਜ਼ ਨਾਲ ਵੀ ਸਾਂਝੀ ਕਰ ਲਈਏ ਕਿ ਪਹਿਲਾਂ ਨਾਲੋਂ ਐਤਕੀ ਕੁਛ ਹੱਦ ਤੱਕ ਇਹ ਅਲੱਗ ਨਜ਼ਰੀਆ ਆਏਗਾ ਇਹਦੇ ਵਿੱਚ ਦ ਰੀਜ਼ਨ ਬੀਇੰਗ ਕਿ ਪਹਿਲਾਂ ਇੰਨੀ ਪਾਰਟੀਸਪੇਸ਼ਨ ਨਹੀਂ ਹੁੰਦੀ ਸੀ ਐਤਕੀ ਲੱਗ ਰਿਹਾ ਕਿ ਕਾਫੀ 80+ ਗੁਰਦੁਆਰੇ ਜਿਹੜੇ ਨੇ ਇਸ ਪਰੇਡ ਦੇ ਨਾਲ ਸੰਬੰਧਿਤ ਨੇ ਜਿਹੜੇ ਪਹੁੰਚ ਰਹੇ ਨੇ ਉੱਥੋਂ ਸੰਗਤ ਹਾਂਜੀ ਬਿਲਕੁਲ ਸਾਨੂੰ ਵੀ ਆਸ ਹੈ ਕਿਉਂਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਨੇ ਥਾਂ ਥਾਂ 'ਤੇ ਮੀਟਿੰਗਸ ਕੀਤੀਆਂ ਗਈਆਂ ਨੇ ਕਿਸੇ ਇੱਕ ਥਾਂ 'ਤੇ ਮੀਟਿੰਗ ਨਹੀਂ ਹੋਈ ਕੋਈ ਇੱਕ ਮੀਟਿੰਗ ਨਹੀਂ ਹੋਈ ਵਾਰ ਵਾਰ ਸੁਝਾਅ ਲਏ ਗਏ ਨੇ ਜਿਹੜੀਆਂ ਚੀਜ਼ਾਂ ਦੀ ਸੋਧ ਕਰਨ ਵਾਲੀ ਸੀਗੀ ਉਹ ਸੋਧ ਕੀਤੀ ਗਈ ਹੈ ਜਿਹੜੀਆਂ ਚੀਜ਼ਾਂ ਐਡ ਕਰਨ ਵਾਲੀਆਂ ਸੀ ਉਹ ਐਡ ਵੀ ਕੀਤੀਆਂ ਨੇ ਸੋ ਪ੍ਰਬੰਧਕਾਂ ਦਾ ਜਿਹੜੀ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਆ ਉਹ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹ ਜਿਸ ਤਰੀਕੇ ਨਾਲ ਕੰਮ ਕਰ ਰਹੀ ਆ ਉਹ ਬਹੁਤ ਹੀ ਇੱਕ ਸਟਰੋਂਗ ਆਰਗੇਨਾਈਜੇਸ਼ਨ ਬਣੇਗੀ ਸਿੱਖਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਇਹ ਉਪਰਾਲਾ ਇਹ ਹੰਬਲਾ ਜਿਹੜਾ
ਇਹ ਆਪਣੇ ਆਪ 'ਚ ਕਿਤੇ ਇਹ ਨਹੀਂ ਦਰਸਾਉਂਦਾ ਵਾਸ਼ਿੰਗਟਨ ਡੀ ਸੀ ਦੀ ਆਪਣੀ ਜਿਹੜੀ ਇੰਪੋਰਟੈਂਸ ਹੈ ਉਹਨੂੰ ਮੁੱਖ ਰੱਖ ਕੇ ਬੀਇੰਗ ਦ ਵਰਲਡਸ ਕੈਪੀਟਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਉਹ ਉਹ ਡੀ ਸੀ ਦਾ ਆਪਣਾ ਜਿਹੜੀ ਉਹਦੀ ਇੰਪੋਰਟੈਂਸ ਹੈ ਉਹ ਉਹਨੂੰ ਦੇਖਦਿਆਂ ਹੋਇਆਂ ਇਹ ਤੁਹਾਡੀ ਜਿਹੜੀ ਕਮੇਟੀ ਹੈ ਇਸ ਚੀਜ਼ ਦਾ ਜ਼ਿਆਦਾ ਹੰਭਲਾ ਮਾਰ ਰਹੀ ਹੈ ਇਸ ਵਾਰੀ। ਬਿਲਕੁਲ, ਕਿਉਂਕਿ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਸਾਨੂੰ ਗੁਰੂ ਵੱਲੋਂ ਵੀ ਇਹੀ ਸਿਖਾਇਆ ਗਿਆ ਕਿ ਕਿਸੇ ਦਾ ਵੀ ਚੰਗਾ ਗੁਣ ਹੈ ਉਹ ਲੈ ਲੈਣਾ ਚਾਹੀਦਾ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਜੋ ਸ਼ਹਿਰ ਹੈ, ਜਿਹੜੀ ਗਵਰਨਮੈਂਟ ਹੈ ਉਹ ਅਮੈਰੀਕਾ ਦੀ ਹੈ, ਜੋ ਸ਼ਹਿਰ ਹੈ ਉਹ ਵਾਸ਼ਿੰਗਟਨ ਡੀ ਸੀ ਵਿਖੇ ਬੈਠ ਕੇ ਅਤੇ ਡਿਸੀਜਨਸ ਲਏ ਜਾਂਦੇ ਨੇ, ਲਗਭਗ ਦੁਨੀਆ ਦੀ ਹਰ ਕੰਟਰੀ ਦੀ ਅੰਬੈਸੀ ਵੀ ਜੋ ਹੈ ਉਹ ਵਾਸ਼ਿੰਗਟਨ ਡੀ ਸੀ ਦੇ ਵਿੱਚ ਸਥਾਪਿਤ ਹੈ। ਅਤੇ ਕਿਉਂ ਨਾ ਅਸੀਂ ਸਿੱਖੀਏ ਕਿ ਅਸੀਂ ਸਿੱਖ ਕੌਮ ਨੂੰ ਬੈਟਰ ਔਰਗਨਾਈਜ਼ ਕਿਵੇਂ ਕਰ ਸਕਦੇ ਹਾਂ। ਉਹਨਾਂ ਕੋਲ ਤਾਂ ਇੰਨੇ ਇੰਨੇ ਰੀਸੋਰਸਿਸ ਨੇ ਜਿਨ੍ਹਾਂ ਦੀ ਵੰਡ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ, ਹਰ ਚੀਜ਼ ਦੇ ਨਿਯਮ ਨੇ। ਸੋ ਕਿਉਂ ਨਾ ਅਸੀਂ ਵੀ ਉਹਨਾਂ ਕੋਲੋਂ ਇਹ ਜਿਹੜੀ ਚੀਜ਼ ਸਿੱਖ ਸਕਦੇ ਹਾਂ, ਔਰਗਨਾਈਜੇਸ਼ਨ ਸਕਿੱਲਸ ਜੋ ਨੇ ਅਤੇ ਉਹ ਸਾਨੂੰ ਸਿੱਖਣੇ ਚਾਹੀਦੇ ਨੇ, ਆਪਣੇ ਆਪ ਨੂੰ ਔਰਗਨਾਈਜ਼ ਕਰਨਾ ਚਾਹੀਦਾ। ਦੇਖੋ, ਹਰ ਬੰਦੇ ਦੀ ਸੋਚ ਇੱਕ ਨਹੀਂ ਹੋ ਸਕਦੀ, ਪਰ ਅਸੀਂ ਵੀ ਕੈਨ ਅਗਰੀ ਟੂ ਡਿਸਅਗਰੀ, ਵਿਚ ਇਜ਼ ਵੈਰੀ ਇੰਪੋਰਟੈਂਟ। ਸਾਡੇ ਜੋ ਮਤਲਬ ਸਾਡੀ ਵਿਚਾਰਧਾਰਾ ਡਿਫਰੈਂਟ ਹੋ ਸਕਦੀ ਹੈ, ਸਾਡੇ ਪਰਸਨਲ ਓਪੀਨੀਅਨ ਕਿਸੇ ਚੀਜ਼ ਦੇ ਬਾਰੇ ਡਿਫਰੈਂਟ ਹੋ ਸਕਦਾ, ਬਟ ਐਟ ਦੀ ਐਂਡ ਆਫ ਦਾ ਡੇ ਵੀ ਆਰ ਸਿੱਖਸ। ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ ਸਾਡੀ ਕੌਮ ਦੇ ਲਈ ਇਸ ਵੇਲੇ, ਸਪੈਸ਼ਲੀ ਕਿਉਂਕਿ ਜਦੋਂ ਇਸ ਵੇਲੇ ਸਾਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਜੋ ਨੇ ਉਹ ਗੁਲਾਮ ਨੇ। ਇਸ ਵਿਸ਼ੇ 'ਤੇ ਵੀ ਮੈਂ ਆਉਣਾ ਚਾਹੁੰਦਾ, ਉਹ ਸੈਕਿੰਡ ਪਾਰਟ ਆਫ ਦਿਸ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਹੈ। ਲੇਕਿਨ ਵਾਸ਼ਿੰਗਟਨ ਡੀ ਸੀ ਜਿਵੇਂ ਤੁਸੀਂ ਗੱਲ ਕੀਤੀ ਹੈ, ਪਿਛਲੇ ਵੀਕ ਆਪਾਂ ਦੇਖਿਆ ਕਿ ਜਰਮਨ ਦੇ ਹੈੱਡ ਇੱਥੇ ਪਹੁੰਚੇ ਨੇ, ਫਰਾਂਸ ਦੇ ਹੈੱਡ ਇੱਥੇ ਪਹੁੰਚੇ ਨੇ। ਇਟਸ ਅ ਪੋਲੀਟੀਕਲ ਹੱਬ ਦੁਨੀਆ ਦੀ ਰਾਜਨੀਤੀ 'ਤੇ। ਤੋਂ ਅੱਜ ਦੇਖੋ ਜਿਹੜਾ ਦੇਸ਼ ਨੌਰਥ ਕੋਰੀਆ, ਕੱਲ੍ਹ ਤੱਕ ਮਿਜ਼ਾਈਲਾਂ ਤਿਆਰ ਸੀ ਦਾਗਣ ਨੂੰ ਅਮਰੀਕਾ 'ਤੇ, ਅੱਜ ਸਾਊਥ ਕੋਰੀਆ ਦੇ ਨਾਲ ਇੱਕ ਗੱਲ ਉੱਠ ਰਹੀ ਹੈ ਕਿ ਦੇ ਮੇ ਬੀ ਕਮਿੰਗ ਆਊਟ ਵਿਦ ਦ ਰੈਜ਼ੋਲੂਸ਼ਨ ਕਿ ਐਂਡ ਆਫ ਦਾ ਈਅਰ ਤੱਕ ਦੋਨਾਂ ਦੀ ਜਿਹੜੀ ਲੜਾਈ ਸਦਾ ਲਈ ਬੰਦ ਕਰਤੀ ਜਾਵੇ। ਬਿਲਕੁਲ, ਇਹ ਵੀ ਗੱਲ ਹੋ ਸਕਦੀ ਹੈ। ਸੋ ਐਨੀਵੇ, ਗੱਲ ਬਰਕਰਾਰ ਰੱਖਦੇ ਹਾਂ ਜੀ ਆਪਾਂ, ਔਰ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਿਹੜਾ ਸੈਕਿੰਡ ਪੋਰਸ਼ਨ ਹੈ, ਜਿਵੇਂ ਮੈਂ ਕਿਹਾ ਵੀ ਆਪਾਂ ਹੁਣ ਸਾਡੇ ਯੂਥ ਦੇ ਨੁਮਾਇੰਦੇ ਨੇ, ਯੂਥ ਦਾ ਇੱਕ ਹਿੱਸਾ ਨੇ, ਇਹਨਾਂ ਦਾ ਓਪੀਨੀਅਨ ਮੇਰੇ ਲਈ ਔਰ ਆਪ ਮੇਰੇ ਵਿਊਜ਼ ਲਈ ਬਹੁਤ ਇੰਪੋਰਟੈਂਸ ਰੱਖਦਾ। ਔਰ ਮੈਂ ਚਾਹਾਂਗਾ ਕਿ ਆਉਣ ਵਾਲੇ ਵਿਸ਼ੇ ਨੂੰ ਜਿਹੜਾ ਆਪਾਂ ਡਿਸਕਸ ਕਰਨਾ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ। ਸੋ ਪਲੀਜ਼ ਸਟੇ ਵਿਦ ਅਸ ਐਂਡ ਵੀ ਵਿਲ ਬੀ ਰਾਈਟ ਬੈਕ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. ਬਾਅਦ ਸਵਾਗਤ ਤੁਹਾਡਾ ਸਾਰਿਆਂ ਦਾ ਜੀ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨੈਟ ਵਿਦ ਪੌਲ ਭੱਟ। ਔਰ ਮੈਂ ਪੌਲ ਭੱਟ, ਮੇਰੇ ਨਾਲ ਸਰਦਾਰ ਪਵਨ ਸਿੰਘ ਜੋ ਸਪੋਕਸਪਰਸਨ ਨੇ ਸਿੱਖ ਡੇ ਪਰੇਡ ਵਾਸ਼ਿੰਗਟਨ ਡੀ ਸੀ ਦੇ, ਔਰ ਲੋਕਲ ਕਮਿਊਨਿਟੀ ਯੂਥ ਦੇ ਇੱਕ ਨੁਮਾਇੰਦੇ ਨੇ, ਯੂਥ ਦਾ ਇੱਕ ਹਿੱਸਾ। ਪਹਿਲਾਂ ਆਪਾਂ ਗੱਲ ਕੀਤੀ ਸੀ ਡਿਫਰੈਂਸਿਸ ਦੀ, ਗੱਲ ਕਰਦਿਆਂ ਕਰਦਿਆਂ ਜਿਹੜੀ ਆਪਾਂ ਕੀਤੀ ਹੈ ਕਿ ਸਾਡੇ ਆਪਸ ਵਿੱਚ ਸਿੱਖ ਕੌਮ ਦੇ ਬੜੇ ਡਿਫਰੈਂਸਿਸ ਨੇ ਸਾਡੀ ਵਿਚਾਰਧਾਰਾ ਦੇ ਡਿਫਰੈਂਸ ਨੇ, ਸਾਡੇ ਪੋਲੀਟੀਕਲ ਡਿਫਰੈਂਸਿਸ ਨੇ, ਸਾਡੇ ਸਿੱਖ ਵਰਸਿਸ ਸਹਾਇਤਾਰੀ ਸਿੱਖ ਨੇ। ਹਾਂਜੀ, ਇੰਡੀਆਨਾ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ ਗੁਰੂ ਘਰ ਦੇ ਵਿੱਚ, ਹਾਂਜੀ, ਬੜਾ ਅਫਸੋਸਨਾਕ ਘਟਨਾ ਹੈ, ਔਰ ਆਪਾਂ ਇਸ ਚੀਜ਼ ਦੀ ਜਿਹੜੀ ਜਿੰਨੀ ਨਿਖੇਧੀ ਕਰ ਸਕੀ ਉਹਨੇ ਥੋੜ੍ਹੀ ਹੈ, ਪਰ ਸਮੇਂ ਸਮੇਂ 'ਤੇ ਇਹ ਗੱਲਾਂ ਹੁੰਦੀਆਂ ਆਈਆਂ ਨੇ। ਐਂਡ ਆਈ ਗੈਸ ਇਟ ਇਜ਼ ਵੈਰੀ ਹਾਰਡ ਟੂ ਪੁੱਟ ਐਨ ਐਂਡ ਟੂ ਇਟ, ਕਿਉਂਕਿ ਜਦੋਂ ਵਿਚਾਰਧਾਰਾ ਸਾਹਮਣੇ ਆ ਕੇ ਖੜ੍ਹ ਜਾਂਦੀ ਹੈ ਤਾਂ ਕਈ ਵਾਰੀ ਜਜ਼ਬਾਤ ਹਾਵੀ ਹੋ ਜਾਂਦੇ ਨੇ ਤੁਹਾਡੇ, ਔਰ ਇਹ ਚੀਜ਼ਾਂ ਹੋ ਜਾਂਦੀਆਂ ਨੇ। ਤੁਸੀਂ ਉਸ ਇੰਸੀਡੈਂਟ ਪ੍ਰਤੀ ਕਿੰਨਾ ਕੁ ਜਾਣੂ ਹੋ ਜਾਂ ਕੀ ਆਪਣੇ ਵਿਚਾਰ ਰੱਖਦੇ ਹੋ? ਪਹਿਲਾਂ ਤਾਂ ਲੈਟਸ ਟਾਕ ਅਬਾਊਟ ਦੈਟ ਪਰਟੀਕੁਲਰ ਇੰਸੀਡੈਂਟ। ਹਾਂਜੀ, ਕਿ ਉੱਥੇ ਪ੍ਰਬੰਧਕ ਕਹਿੰਦੇ ਨੇ ਕਿ ਪ੍ਰਬੰਧਕ ਜਿਹੜੀ ਲੜਾਈ ਹੋਈ ਦੋਨੋਂ ਗੁੱਟ ਕਹਿੰਦੇ ਨੇ ਕਿ ਇਹ ਪ੍ਰਬੰਧ ਨੂੰ ਲੈ ਕੇ ਗੁਰੂ ਘਰ ਦੇ ਹੋਏ, ਵਾਟ ਡੂ ਯੂ ਥਿੰਕ? ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਇਹਦੀ ਨਿਖੇਧੀ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ।
ਕਿਉਂਕਿ ਇਹੋ ਜਿਹੇ ਜਿਹੜੇ ਇੰਸੀਡੈਂਟ ਨੇ ਇਹ ਨਹੀਂ ਹੋਣੇ ਚਾਹੀਦੇ। ਰਾਈਟ। ਉਸ ਤੋਂ ਅਗਲਾ ਸਟੈਪ ਆਉਂਦਾ ਹੈ ਕਿ ਜੇ ਇਹ ਇੰਸੀਡੈਂਟ ਹੋ ਗਿਆ ਹੈ ਤਾਂ ਸਾਡਾ ਰਿਐਕਸ਼ਨ ਕੀ ਹੋਣਾ ਚਾਹੀਦਾ। ਠੀਕ ਹੈ, ਜਿਹੜੇ ਬੰਦੇ ਸੀਗੇ ਉਹਦੇ ਵਿੱਚ ਸ਼ੈਤਾਨ ਅਨਸਰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਕੀਤੀ, ਉਹਨਾਂ ਨੂੰ ਬਣਦੀ ਸਜ਼ਾ ਜੋ ਹੈ ਪੰਥ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਪਰ ਇਸ ਦੇ ਨਾਲ ਨਾਲ ਸਾਨੂੰ ਆਪਣੀ ਜ਼ਿੰਦਗੀ ਰੋਕ ਨਹੀਂ ਦੇਣੀ ਚਾਹੀਦੀ, ਕਿਉਂਕਿ ਐਸੇ ਇੰਸੀਡੈਂਟ ਐਸੀਆਂ ਲੜਾਈਆਂ ਥਾਂ ਥਾਂ 'ਤੇ ਹੁੰਦੀਆਂ ਨੇ। ਦੇਖੋ, ਲੜਾਈ ਸਾਡੇ ਘਰ 'ਚ ਵੀ ਹੁੰਦੀ ਆ, ਪਰ ਅਸੀਂ ਘਰ ਛੱਡ ਕੇ ਤਾਂ ਚੱਲੇ ਨਹੀਂ ਨਾ ਜਾਂਦੇ ਕਿਤੇ। ਜਿੱਥੇ ਅਸੀਂ ਵਰਕ ਪਲੇਸ 'ਤੇ ਜਾਂਦੇ ਹਾਂ ਲੜਾਈ ਉੱਥੇ ਵੀ ਹੁੰਦੀ ਆ, ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ ਲੜਾਈ ਉੱਥੇ ਵੀ ਹੁੰਦੀ ਹੈ, ਦੇਸ਼ ਦੇਸ਼ਾਂ ਨਾਲ ਲੜ ਪੈਂਦੇ ਨੇ। ਅਤੇ ਇਟਸ ਨਾਟ ਦੀ ਐਂਡ ਆਫ ਦਾ ਵਰਲਡ ਜੇ ਮੰਨ ਲਓ ਕਿ ਕਿਸੇ ਕਾਰਨ ਇਹ ਝਗੜਾ ਹੋ ਵੀ ਜਾਂਦਾ। ਦੇਖੋ, ਹੋਣਾ ਨਹੀਂ ਚਾਹੀਦਾ। ਰਾਈਟ। ਮੈਂ ਇਸ ਗੱਲ ਦਾ ਬਿਲਕੁਲ ਧਾਰਨੀ ਹੈ ਕਿ ਐਸੇ ਝਗੜੇ ਵੀ ਨਹੀਂ ਹੋਣੇ ਚਾਹੀਦੇ, ਕਿਉਂਕਿ ਜੋ ਸਾਨੂੰ ਗੁਰੂ ਨੇ ਮੱਤ ਦਿੱਤੀ ਹੈ ਜੇ ਅਸੀਂ ਉਹ ਮੱਤ ਲੈ ਕੇ ਚੱਲੀਏ ਤਾਂ ਐਸੇ ਝਗੜੇ ਕੋਈ ਮਕਾਉਣੇ ਕੋਈ ਵੱਡੀ ਗੱਲ ਹੀ ਨਹੀਂ ਹੈ। ਦੀਜ਼ ਆਰ ਜਸਟ ਮਾਈਨਰ ਥਿੰਗਸ। ਆਫਟਰ ਆਲ ਸੇਵਾ ਹੀ ਕਹਿੰਦੇ ਨਾ ਆਪਾਂ, ਵੀ ਆਪਾਂ ਪ੍ਰਬੰਧਕ ਜਿਹੜੇ ਹੈਗੇ ਸੇਵਾ ਕਰਨ ਲਈ ਅਸੀਂ ਕਮੇਟੀ ਦੇ ਵਿੱਚ ਆਉਂਦੇ ਹਾਂ, ਅਤੇ ਜੇ ਸੇਵਾ ਦੇ ਪਿੱਛੇ ਲੜਾਈ ਹੁੰਦੀ ਆ ਔਰ ਸਾਡੀ ਇਮੇਜ ਮਾੜੀ ਹੁੰਦੀ ਆ, ਫਿਰ ਤਾਂ ਨੈਚੁਰਲੀ ਕੋਈ ਮੋਟਿਵ ਹੋਰ ਹੈ। ਬਿਲਕੁਲ। ਇਹ ਵੀ ਖਬਰ ਜਦੋਂ ਆਈ ਮੀਡੀਆ ਦੇ ਵਿੱਚ, ਦੇਖ ਤੁਸੀਂ ਇਹ ਹੈਰਾਨੀ ਦੀ ਗੱਲ ਦੇਖੋ ਕਿ ਇੱਕ ਛੋਟੀ ਜਿਹੀ ਕਮਿਊਨਿਟੀ ਆ ਸਾਡੀ, ਔਰ ਉਹਦੇ ਵਿੱਚ ਇੱਕ ਜੋ ਗੁਰਦੁਆਰਾ ਸਾਹਿਬ ਹੈ ਉੱਥੇ, ਉਹਦੀ ਲੜਾਈ 5 ਮਿੰਟਾਂ ਦੇ ਵਿੱਚ ਹੋਣ ਤੋਂ ਬਾਅਦ ਐਸੋਸੀਏਟਡ ਪ੍ਰੈਸ, ਫੋਕਸ ਨਿਊਜ਼, ਲੋਕਲ ਮੀਡੀਆ ਪਹੁੰਚ ਜਾਂਦਾ ਹੈ। ਸੋ ਤੁਹਾਨੂੰ ਪਤਾ ਲੱਗਦਾ ਹੈ ਕਿ ਸਮਥਿੰਗ ਵੈਂਟ ਪਲੈਂਡ। ਠੀਕ ਹੈ ਨਾ, ਇਹ ਕੋਈ ਨੈਚੁਰਲ ਇੰਸਟਿੰਕਟ ਨਹੀਂ ਸੀਗੀ ਕਿ ਸਿੰਘਾਂ ਦੇ ਖੂਨ ਖੌਲੇ ਅਤੇ ਇੱਕ ਦੂਜੇ ਦੇ ਪ੍ਰਤੀ ਝਗੜਾ ਹੋ ਗਿਆ। ਇਹ ਜੋ ਹੁਣ ਉੱਥੇ, ਪਹਿਲਾਂ ਵੀ ਮੈਂ ਸੰਗਤਾਂ ਦੇ ਦਰਸ਼ਨ ਕਰ ਚੁੱਕਿਆ, ਇਸ ਸਾਲ ਵੀ ਜਾਣਾ ਸੀਗਾ। ਹੁਣ ਬਹੁਤ ਵੱਡਾ ਉੱਥੇ ਵਿਸਾਖੀ ਨੂੰ ਮੁੱਖ ਰੱਖ ਕੇ ਖਾਲਸਾ ਸਾਜਨਾ ਦਿਵਸ ਲਈ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਹੈ ਹਰ ਸਾਲ। ਪਿਛਲੇ ਸਾਲ ਵੀ ਹਾਜ਼ਰੀ ਭਰੀ ਸੀ, ਇਸ ਸਾਲ ਫਿਰ ਜਾਣ ਦਾ ਪਲੈਨਿੰਗ ਸੀ। ਮੇਰੇ ਖਿਆਲ ਉਹਦੇ 'ਚ ਸਟੇਟ ਦੇ ਗਵਰਨਰ ਵੀ ਆਉਂਦੇ, ਗਵਰਨਰ ਜਿਹੜੇ ਨੇ ਉਹ ਵੀ ਹਾਜ਼ਰੀ ਭਰਦੇ ਨੇ ਸ਼ਾਇਦ। ਨਹੀਂ, ਉਹ ਇਹ ਪ੍ਰੋਗਰਾਮ ਨਹੀਂ ਹੈ, ਉਹ ਇੰਡੀਅਨ ਐਪਲਸ ਦੀ ਪਰੇਡ ਹੁੰਦੀ ਹੈ। ਹਾਂਜੀ, ਇਹ ਖਾਲਸਾ ਸਾਜਨਾ ਦਿਵਸ ਜੋ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਉੱਪਰ ਬਣਿਆ ਹੋਇਆ ਹੈ, ਅਤੇ ਇੱਥੇ ਸੰਗਤਾਂ ਦੇ ਦਰਸ਼ਨ ਕੀਤੇ ਨੇ, ਹਾਜ਼ਰੀ ਭਰੀ ਹੈ। ਇਸ ਸਾਲ ਵੀ ਭਰ ਕੇ ਆਏ ਹਾਂ ਲੜਾਈ ਹੋਣ ਤੋਂ ਬਾਅਦ ਵੀ, ਪਰ ਉਸ ਪ੍ਰੋਗਰਾਮ ਤੋਂ 1 ਹਫ਼ਤਾ ਪਹਿਲਾਂ। ਔਰ ਜੋ ਹੁਣ ਉੱਥੇ ਜਾ ਕੇ ਪਤਾ ਲੱਗਿਆ ਹੈ ਕਿ ਇਹ ਲਗਭਗ 1 ਮਹੀਨੇ ਤੋਂ ਉੱਥੇ ਜਿਹੜੀ ਹੈ ਇਹ ਲੜਾਈ ਹੋਣ ਦੇ ਕਾਰਨ ਬਣ ਰਹੇ ਸੀਗੇ। ਮੁੱਖ ਮੁੱਦਾ ਜੋ ਉਹਨਾਂ ਨੇ ਰੱਖਿਆ ਉਹ ਕੰਟਰੋਲ ਦਾ ਰੱਖਿਆ ਹੈ, ਜਾਣੀ ਕਿ ਜੋ ਪ੍ਰਬੰਧ ਹੈ ਕਿੰਨੇ ਚਲਾਉਣਾ ਹੈ। ਔਰ ਜੋ ਉਹਨਾਂ ਦੇ ਦੱਸਣ ਮੁਤਾਬਕ ਹੈ, ਉਹ ਜੋ ਨਿਯਮ ਉਹਨਾਂ ਦਾ ਕੋਨਸਟੀਟਿਊਸ਼ਨ ਹੈ ਉਹਦੇ ਅਕੋਰਡਿੰਗ ਹੀ ਬਣਿਆ। ਪਰ ਜੇ ਲੜਾਈ ਹੋਈ ਹੈ ਤਾਂ ਮਤਲਬ ਹੈ ਕਿ ਕਿਸੇ ਦਾ ਬੈਨੀਫਿਟ ਸੀਗਾ, ਤਾਂ ਹੀ ਹੋਈ। ਹਾਂਜੀ, ਔਰ ਸਾਨੂੰ ਬੜੀ ਵਾਰੀ ਆ ਜਾਂਦਾ ਹੈ ਜੀ ਜਿਹੜੇ ਸਿੱਖ ਵਿਰੋਧੀ, ਹੁਣ ਸਿੱਖ ਵਿਰੋਧੀ ਕੌਣ ਹੈ? ਸਿੱਖ ਵਿਰੋਧੀ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਹੈ। ਉਹ ਮੋਨਾ ਵੀ ਹੋ ਸਕਦਾ ਹੈ, ਉਹ ਨੋਕਾਲੀ ਦਸਤਾਰ ਵਾਲਾ ਵੀ ਹੋ ਸਕਦਾ ਹੈ, ਔਰ ਉਹ ਗੋਲ ਦਸਤਾਰ ਵਾਲਾ ਵੀ ਹੋ ਸਕਦਾ ਹੈ। ਕਿਉਂਕਿ ਇਹ ਬੜੇ ਸਾਰੇ ਲੇਬਲ ਜੋ ਨੇ ਸਾਡੀ ਕਮਿਊਨਿਟੀ ਦੇ ਵਿੱਚ ਵਰਤੇ ਜਾਂਦੇ ਨੇ ਜੀ, ਫਲਾਣਾ ਅੰਮ੍ਰਿਤਧਾਰੀ ਹੈ, ਉਹ ਸਹਿਜਧਾਰੀ ਹੈ, ਉਹ ਰਵਿਦਾਸੀਆ ਸਿੱਖ ਹੈ, ਉਹ ਜੱਟ ਸਿੱਖ ਹੈ। ਅਸੀਂ ਸਾਰੇ ਰਲ ਕੇ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ? ਕੈਸੀ ਕੈਸਾ ਪੁਆਇੰਟ ਤੁਸੀਂ ਟੱਚ ਕੀਤਾ, ਸਿੱਖ ਸਿੱਖ ਹੀ ਹੈ, ਸਿੱਖ ਸਿੱਖ ਇਹ ਅੱਗੇ ਵੰਡੀਆਂ ਨੇ, ਇਹ ਵੰਡੀਆਂ ਸਿੱਖ ਧਰਮ ਦੇ ਵਿੱਚ ਨਹੀਂ ਹੈਗੀਆਂ, ਪਤਾ ਨਹੀਂ ਕਿੱਥੋਂ ਪਈਆਂ ਨੇ ਆ। ਬਹੁਤ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਲੋਕਾਂ ਦਾ ਸਿੱਖੀ ਪ੍ਰਤੀ ਕੋਈ ਦਰਦ ਨਹੀਂ ਹੈ, ਉਹ ਇਸ ਚੀਜ਼ ਨਾਲ ਲੇਬਲ ਲਾ ਦਿੰਦੇ ਨੇ। ਕਿਉਂਕਿ ਆਮ ਤੌਰ 'ਤੇ ਜਿਹੜਾ ਸਹਿਜਧਾਰੀ ਸ਼ਬਦ ਹੈ ਜ਼ਿਆਦਾ ਵਰਤਿਆ ਗਿਆ ਜਦੋਂ SGPC ਦੀਆਂ ਇਲੈਕਸ਼ਨਾਂ ਹੋਈਆਂ ਸੀ, ਅਤੇ ਉਹਨਾਂ ਨੇ ਇਹ ਵੇਖਣਾ ਸੀ ਕਿ ਹੂ ਇਜ਼ ਕੁਆਲੀਫਾਈਡ ਟੂ ਵੋਟ। ਰਾਈਟ। ਸੋ ਜਦ 2 ਬਿੱਲੀਆਂ ਆਪਸ ਦੇ ਵਿੱਚ ਲੜ ਕੇ ਬਾਂਦਰ ਦੇ ਕੋਲ ਜਾਣਗੀਆਂ ਤਾਂ ਬਾਂਦਰ ਉਹਨਾਂ ਨੂੰ ਨਿਆਂ ਤੇ ਕਰਕੇ ਦੇਵੇਗਾ ਨਹੀਂ? There are motivated. There are motives. Much deeper things that go behind these things. ਕਿ ਜਿਹੜਾ ਸਹਿਜਧਾਰੀ ਟਰਮ ਕੋਇਨ ਹੋਈ ਜਾਂ ਅਸੀਂ ਅੰਮ੍ਰਿਤਧਾਰੀ ਹਾਂ, ਅਸੀਂ ਕਿਉਂ ਵੰਡੀਆਂ ਪਾਈਆਂ? ਜਦੋਂ ਅਸੀਂ ਗੁਰੂ ਦੇ ਜਾ ਕੇ ਮੱਥਾ ਟੇਕਦੇ ਹਾਂ ਦਰਬਾਰ ਦੇ ਵਿੱਚ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਪਵਨ ਜੀ, ਇਹ ਤਾਂ ਇੱਕ ਰਿਐਲਿਟੀ ਹੈ ਵੀ ਅਗਰ ਸਿੱਖ ਧਰਮ ਦੇ ਸਿਹਤ 'ਤੇ ਚੱਲਣਾ, ਉਹਦੇ ਮਾਰਗ 'ਤੇ ਚੱਲਣਾ, ਹਾਂਜੀ, ਤਾਂ ਫਿਰ ਤੁਹਾਨੂੰ ਇਹ ਵੰਡੀਆਂ ਤੋਂ ਦੂਰ ਰਹਿਣਾ ਪਏਗਾ। ਬਿਲਕੁਲ। ਪਰ ਨਾਲ ਹੀ ਇਹ ਵੀ ਇੱਕ ਚਿੱਟੇ ਦਿਨ ਵਾਂਗੂ ਸੱਚ ਹੈ ਕਿ ਵੰਡੀਆਂ ਹੈਗੀਆਂ ਨੇ, ਵੰਡੀਆਂ ਹੈ ਨੇ, ਬਿਲਕੁਲ ਹੈ ਨੇ। ਇਹ ਹੁਣ ਦੂਰ ਕਿਵੇਂ ਹੋ ਸਕਦੀਆਂ ਨੇ? ਯੂਥ ਦੇਖੋ ਸਾਡੇ ਕੋਲ ਆਈਆਂ, ਹਾਂਜੀ, ਸਾਡੇ ਵੱਡੇ ਵਡੇਰਿਆਂ ਤੋਂ, ਹਾਂਜੀ, ਜਾਂ ਸਾਡੇ ਕੋਲ ਆਈਆਂ ਸਾਡੀ ਜ਼ਿੰਦਗੀ 'ਚ ਉਹਨਾਂ ਸੰਸਥਾਵਾਂ ਕੋਲੋਂ, ਉਹਨਾਂ ਇਨਸਾਨਾਂ ਕੋਲੋਂ ਜਿਹਨਾਂ ਦੇ ਆਪਣੇ ਗਲਤ ਮੋਟਿਵ ਸੀਗੇ। ਠੀਕ ਹੈ, ਪਰ ਇਹਦੀ ਰੋਕ ਕਿਵੇਂ ਲੱਗੇ? ਇਹਦੀ ਰੋਕ ਲਾਉਣ ਲਈ ਵੀ ਹੈਵ ਟੂ ਗੋ ਬੈਕ ਟੂ ਦ ਬੇਸਿਕਸ।
we have to go to the time period when Guru Nanak Patshah came to this earth. ਕੀ ਲੋੜ ਪਈ ਸੀ ਇੱਕ ਨਵਾਂ ਪੰਥ ਚਲਾਉਣ ਦੀ? ਕਿਉਂਕਿ ਰਾਜੇ ਜੋ ਸੀਗੇ ਉਹ ਆਪਣਾ ਫਰਜ਼ ਭੁੱਲ ਚੁੱਕੇ ਸੀਗੇ, ਐਸ਼ੋ ਆਰਾਮ ਦੇ ਵਿੱਚ ਪਏ ਹੋਏ ਸੀਗੇ ਜੀ। ਆਮ ਜਿਹੜੀ ਪਬਲਿਕ ਸੀ ਉਹ ਰੱਬ ਨੂੰ ਭੁੱਲ ਚੁੱਕੀ ਸੀਗੀ। ਅਸੀਂ ਬਹਿ ਕੇ ਅੱਖਾਂ ਬੰਦ ਕਰਕੇ ਇਹਨੂੰ ਰੱਬ ਨੂੰ ਚਿੰਤਨ ਕਰਨਾ ਨਹੀਂ ਜ਼ਰੂਰੀ। ਜਿਹੜੇ ਸਾਨੂੰ ਬੇਸਿਕਸ ਦਿੱਤੇ ਗਏ ਨੇ ਸਿੱਖ ਲਈ, ਤਾਂ ਬਹੁਤ ਸਿੰਪਲ ਮਾਰਗ ਬਣਾ ਦਿੱਤਾ ਗਿਆ ਕਿ ਪਹਿਲਾਂ ਪੰਗਤ ਫਿਰ ਸੰਗਤ। ਪੰਗਤ ਤੋਂ ਭਾਵ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੈਗਾ, ਤੁਹਾਡੇ ਲੇਬਲ ਤਾਂ ਉੱਥੇ ਹੀ ਸਾਰੇ ਖਤਮ ਹੋ ਗਏ ਜਦੋਂ ਤੁਸੀਂ ਪੰਗਤ ਦੇ ਵਿੱਚ ਬਹਿ ਗਏ। ਕਿ ਜੇ ਭਾਵੇਂ ਕੋਈ ਪਹਾੜੀ ਰਾਜਾ ਹੈ ਅਤੇ ਭਾਵੇਂ ਕੋਈ ਆਮ ਘਾਈਆ ਸਿੱਖ ਹੈ ਜੋ ਗੁਰੂ ਦੇ ਘੋੜੇ ਨੂੰ ਘਾਹ ਪਾਉਂਦਾ ਹੈ, ਉਹ ਇੱਕ ਬਰਾਬਰ ਜਦੋਂ ਬੈਠ ਗਏ ਤਾਂ ਵੰਡੀਆਂ ਦੇ ਆਪੇ ਖਤਮ ਹੋ ਗਈਆਂ। ਮੈਂ ਤੁਹਾਡੇ ਨਾਲ ਇੱਕ ਇੰਸੀਡੈਂਟ ਸਾਂਝਾ ਕਰ ਲੈਂਦਾ। ਹਾਂਜੀ। ਰੋਪੜ ਦੇ ਵਿੱਚ ਗੁਰਦੁਆਰਾ ਆਇਆ, ਗੁਰਦੁਆਰਾ ਭੱਠਾ ਸਾਹਿਬ। ਠੀਕ ਹੈ ਜੀ। ਅਤੇ ਮੇਰੇ ਕਜ਼ਨ ਬ੍ਰਦਰ ਉਹ ਉੱਥੇ ਸੀਗੇ ਮੈਨੇਜਰ। ਠੀਕ ਹੈ ਜੀ। ਅਤੇ ਮੈਨੂੰ ਮੇਰੀ ਤਮੰਨਾ ਸੀ ਕਿ ਮੈਂ ਜਾ ਕੇ ਭੱਠਾ ਸਾਹਿਬ ਦਰਸ਼ਨ ਕਰਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੇਰੇ ਘੋੜੇ ਦੇ ਨਾਲ ਉਹ ਭੱਠਾ ਠੰਡਾ ਕੀਤਾ ਸੀ। ਹਾਂਜੀ। ਸੋ ਮੈਂ ਉਹਨਾਂ ਦੇ ਨਾਲ ਗਿਆ ਅਤੇ ਬੈਠਿਆਂ ਬੈਠਿਆਂ ਮਨ ਦੀ ਤਮੰਨਾ ਹੋਈ ਕਿ ਲੰਗਰ ਛਕਿਆ ਜਾਵੇ। ਹਾਂਜੀ। ਸੋ ਜਦੋਂ ਲੰਗਰ ਛਕਣ ਗਏ, ਅੱਗੇ ਅੱਗੇ ਮੈਂ ਤੁਰਿਆ ਜਾ ਰਿਹਾ ਅਤੇ ਜਿੱਧਰਲੇ ਪਾਸੇ ਲਾਈਨ ਖਤਮ ਹੁੰਦੀ ਸੀ ਮੈਂ ਉੱਧਰੋਂ ਤੁਰਿਆ ਜਾ ਰਿਹਾ, ਔਰ ਮੈਨੂੰ ਬੰਦੇ ਨੇ, ਲਾਂਗਰੀ ਨੇ ਜਾਂ ਸੇਵਾਦਾਰ ਨੇ ਕਿਹਾ ਵੀ ਤੁਸੀਂ ਆ ਕੇ ਬੈਠੋ, ਵੀ ਬੈਠੋ ਜੀ, ਤੁਹਾਨੂੰ ਪਲੇਟ ਦੇਣਾ, ਜਿਵੇਂ ਕਹਿੰਦੇ ਇਸ਼ਾਰਾ ਬੋਡੀ ਲੈਂਗੁਏਜ 'ਚ। ਹਾਂਜੀ। ਥੋੜ੍ਹੀ ਦੇਰ ਬਾਅਦ ਉਹ ਮੈਨੂੰ ਕਹਿੰਦਾ ਨਹੀਂ ਜੀ ਤੁਸੀਂ ਇੱਧਰ ਆ ਜਾਓ, ਅਤੇ ਇੱਕ ਐਨ ਇੱਕ ਪਾਸੇ ਕੰਧ ਦੇ ਨਾਲ ਇਸ਼ਾਰਾ ਕਰੇ, ਤਾਂ ਮੈਂ ਵੀ ਸਮਝ ਗਿਆ ਵੀ ਕੀ ਚਾਹੁੰਦਾ। ਉਹ ਰਿਲਾਈਜ਼ ਕਰ ਗਿਆ ਕਿ ਇਹ ਮੈਨੇਜਰ ਸਾਹਿਬ ਦੇ ਖਾਸ ਬੰਦੇ ਨੇ। ਹਾਂਜੀ। ਸੋ ਵੀ ਆਈ ਪੀ ਟ੍ਰੀਟਮੈਂਟ ਦੇਣਾ ਚਾਹੁੰਦਾ ਸੀ, ਤਾਂ ਮੈਂ ਉਹਨੂੰ ਇੱਕੋ ਗੱਲ ਆਖੀ ਜਿਹੜੀ ਮੈਂ I have no hesitation in sharing it. ਬਿਲਕੁਲ। ਕਿ ਮੈਂ ਕਿਹਾ ਵੀ ਆਹ ਜਿਹੜੀ ਸੰਗਤ ਬੈਠੀ ਹੈ ਇਹਨਾਂ ਨੂੰ ਕੋਈ ਛੂਤ ਦੀ ਬਿਮਾਰੀ ਹੈ। ਹਾਂਜੀ। ਅੱਛਾ, ਗੱਲ ਉੱਥੇ ਖਤਮ ਨਹੀਂ ਹੁੰਦੀ। ਚਲੋ ਫਿਰ ਉੱਥੇ ਬੈਠੇ ਸੀ ਸਾਰੇ ਬੈਠੇ, ਲੰਗਰ ਛਕਿਆ, ਵੀਰ ਜੀ ਨੇ ਵੀ ਛਕਿਆ ਸਾਡੇ ਨਾਲ। ਉਹ ਤੋਂ ਬਾਅਦ ਮੈਂ ਕਿਹਾ ਵੀਰ ਜੀ ਮੈਂ ਕੁਛ ਕਕਾਰ ਲੈਣੇ ਨੇ। ਹਾਂਜੀ। ਸੋ ਮੈਂ ਬਾਹਰ ਚਲੇ ਗਿਆ, ਉਹ ਮਗਰ ਫਾਦਰ ਸਾਹਿਬ ਦੇ ਨਾਲ ਤੁਰਦੇ ਉਹਦੇ ਬਾਅਦ ਮੇਰੇ ਮਗਰ ਉਹ ਪਹਿਲੇ ਤੋਂ ਮੈਂ ਕਕਾਰ ਲੈ ਕੇ, ਜਦੋਂ ਪੈਸਾ ਉਹ ਕਹਿੰਦਾ ਜੀ ਪੈਸੇ ਨਹੀਂ, ਇਹਨੇ ਕੋਈ ਗੱਲ ਨਹੀਂ, ਪਿੱਛੇ ਦੇਖਿਆ ਤਾਂ ਮੈਨੇਜਰ ਸਾਹਿਬ ਖੜ੍ਹੇ ਨੇ, ਉਹ ਤੋਂ ਡਰਦਾ ਹੁਣ ਪੈਸੇ ਨਹੀਂ ਲੈ ਰਿਹਾ। ਮੈਂ ਕਿਹਾ ਭਾਈ ਸਾਹਿਬ ਵੀ ਆਹ ਫੜੋ ਆਪਣਾ ਕਕਾਰ ਦੇ, ਅਤੇ ਮੈਂ ਆਪਣੀ ਦੁਕਾਨ 'ਤੇ ਚਲੇ ਗਿਆ। ਜਾਂ ਦੂਜੀ ਦੁਕਾਨ ਵਾਲੇ ਨੇ ਵੀ ਪੈਸੇ ਲੈਣ ਤੋਂ ਕਿਹਾ, ਤਾਂ ਮੈਂ ਕਿਹਾ ਭਾਈ ਜੀ ਤੁਹਾਡਾ ਸਮਾਨ ਤਾਂ ਲੈਣਾ ਮੈਂ ਜੇ ਤੁਸੀਂ ਪੈਸੇ ਲਓਗੇ। ਮੈਂ ਕਿਹਾ ਵੀਰ ਜੀ ਤੁਸੀਂ ਅੰਦਰ ਜਾਓ, ਮੈਂ ਨਰਕਾਂ ਨੂੰ ਨਹੀਂ ਜਾਣਾ, ਮੈਨੂੰ ਨਰਕਾਂ ਤੋਂ ਡਰ ਲੱਗਦਾ, ਤੁਸੀਂ ਅੰਦਰ ਜਾਓ ਅਤੇ ਇਹ ਸਮਾਨ ਨਹੀਂ ਮਿਲਣਾ ਮੈਨੂੰ। ਮਤਲਬ ਕਿਸ ਲੈਵਲ ਤੱਕ ਇਹ ਜਿਹੜਾ ਹੈ ਵੰਡੀਆਂ ਪਈਆਂ ਹੋਈਆਂ ਨੇ ਕਿ ਅਸੀਂ ਸਾਡੇ ਗੁਰੂਆਂ ਦੀ ਚਲਾਈ ਹੋਈ ਜਿਹੜੀ ਪ੍ਰਥਾ ਲੰਗਰ ਦੀ ਹੈ ਉਹਦੇ 'ਚ ਵੀ ਆਈ ਪੀ ਟ੍ਰੀਟਮੈਂਟ ਹੈ, ਔਰ ਬਾਹਰ ਮੈਂ ਜਿਹੜੇ ਆਪਣੀ ਕਿਰਤ ਕਮਾਈ ਦੇ ਕਕਾਰ ਲੈਣਾ ਚਾਹੁੰਦਾ ਅਤੇ ਉਹਨੂੰ ਮੈਨੇਜਰ ਸਾਹਿਬ ਨੂੰ ਖੁਸ਼ ਕਰਨ ਲਈ ਪਿੱਤੋਂ ਪੈਸੇ ਲੈ ਜਾ ਰਹੇ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੋ ਸਾਡੀ ਖੁਆਰੀ ਹੋ ਰਹੀ ਹੈ ਅੱਜ, ਸਾਨੂੰ ਇੰਨੀ ਲੋੜ ਪੈ ਰਹੀ ਹੈ, ਸਾਨੂੰ ਜ਼ੋਰ ਲਾ ਕੇ ਇਹੀ ਦੱਸਣਾ ਪੈ ਰਿਹਾ ਕਿ ਸਿੱਖ ਹੈ ਕੌਣ। ਸਿੱਖ ਆਈਡੈਂਟੀ ਦੀ ਅਸੀਂ ਵਾਰ ਵਾਰ ਗੱਲ ਕਰਦੇ ਹਾਂ, ਉਹ ਗੱਲ ਇਕੱਲੀ ਪਹਿਰਾਵੇ ਦੀ ਦਸਤਾਰ 'ਤੇ ਨਹੀਂ ਖਤਮ ਹੁੰਦੀ। ਸਿੱਖ ਆਈਡੈਂਟੀ, ਦਿਸ ਇਜ਼ ਆਈਡੈਂਟੀ, ਕਿ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ, ਬਰਾਬਰ ਸਮਝਣਾ, ਵਿਚਰਨਾ। ਅਸੀਂ ਜੋ ਸਾਡੇ ਸਤਿਗੁਰੂ ਨੇ ਸਾਨੂੰ ਇੱਕ ਰੋਲ ਮਾਡਲ ਸਿਟੀਜ਼ਨ ਬਣਾਇਆ ਸੀਗਾ, ਅਸੀਂ ਉਹ ਨਹੀਂ ਬਣ ਸਕੇ, ਅਸੀਂ ਫੇਲ ਹੋਏ ਹਾਂ। ਐਂਡ ਵੀ ਹੈਵ ਟੂ ਐਡਮਿਟ ਇਟ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਨਹੀਂ ਚੱਲ ਸਕੇ। ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ, ਸਾਡੇ ਕੋਲ ਉਹ ਦਾਤ ਵੀ ਸੰਭਾਲੀ ਨਹੀਂ ਗਈ ਦਾਤੇ ਦੀ ਦਿੱਤੀ ਹੋਈ। ਜੇ ਅਸੀਂ ਸਾਰੇ ਆਪਣੇ ਮਨ ਦੇ ਵਿੱਚੋਂ ਕਲਾਸ ਸਿਸਟਮ ਨੂੰ ਐਂਡ ਕਰ ਦਈਏ ਤਾਂ ਅੱਜ ਹੀ ਸਵਰਗ। ਮੈਂ ਕਿਸੇ ਸੱਜਣ ਮਿੱਤਰ ਨੂੰ ਮਿਲ ਗਿਆ ਸੀਗਾ, ਉਹਨਾਂ ਦੇ ਪਰਿਵਾਰ 'ਤੇ, ਉਹਨਾਂ ਦੇ ਬੇਟਾ, ਛੋਟਾ ਬੇਟਾ ਗੋਜ਼ ਟੂ ਕਾਲਜ, ਗ੍ਰੈਜੂਏਟ ਕਰਨ ਲੱਗਾ, ਲਾਸਟ ਸਮੈਸਟਰ ਹੈ। ਅਤੇ ਉਹ ਬੇਟੇ ਦੇ ਨਾਲ ਮੇਰੀ ਗੱਲਬਾਤ ਸ਼ੁਰੂ ਹੋ ਗਈ। ਉਹਨੇ ਮੈਨੂੰ ਦੋ ਚਾਰ ਸਿੱਖ ਧਰਮ ਬਾਰੇ ਸਵਾਲ ਪੁੱਛੇ, ਐਂਡ ਆਈ ਵਾਜ਼ ਏਬਲ ਟੂ ਰਿਲੇਟ ਟੂ ਹਿਮ, ਐਂਡ ਹੀ ਵਾਂਟਡ ਟੂ ਸਪੈਂਡ ਮੋਰ ਟਾਈਮ। ਦ ਰੀਜ਼ਨ ਸਿੰਪਲ, ਮੈਂ ਉਦੋਂ ਬੈਠਿਆ ਰਿਲਾਈਜ਼ ਕੀਤਾ ਕਿ ਜਿਹੜਾ ਸਾਡਾ ਯੂਥ ਹੈ, ਹਾਂਜੀ, ਉਹਨਾਂ ਦੀ ਆਤਮਾ ਵੀ ਉਵੇਂ ਭੁੱਖੀਆਂ ਨੇ ਜਿਵੇਂ ਦੂਜਿਆਂ ਦੀਆਂ ਭੁੱਖੀਆਂ ਨੇ। ਬਿਲਕੁਲ। ਆਤਮਿਕ ਤੌਰ 'ਤੇ ਉਹ ਵੀ ਚਾਹੁੰਦੇ ਨੇ, ਪਰ ਇਹ ਸਿੱਖ ਧਰਮ ਦੇ ਵਿੱਚ ਕਮੀ ਬਹੁਤ ਵੱਡੀ ਹੈ ਕਿ ਜਿਹੜਾ ਸਾਡਾ, ਅਸੀਂ ਬਾਹਰਲੇ ਦੇਸ਼ਾਂ 'ਚ ਬੈਠੇ ਹਾਂ, ਸਾਡੇ ਬੱਚਿਆਂ ਦੀ ਪੰਜਾਬੀ ਲੈਂਗੁਏਜ ਥੋੜ੍ਹੀ ਘੱਟ ਹੈ, ਇੰਗਲਿਸ਼ ਹੈ। ਵਟ ਡੂ ਯੂ ਸੇ ਅਬਾਊਟ, ਕਿ ਸਾਨੂੰ ਕੀ ਉਪਰਾਲਾ ਕਰਨਾ ਚਾਹੀਦਾ ਕਿ ਅਸੀਂ ਇੰਗਲਿਸ਼ ਦੇ ਰਾਹੀਂ ਉਹਨਾਂ ਨਾਲ ਰਿਲੇਟ ਕਰ ਸਕੀਏ? ਦੈਟ ਇਜ਼ ਦੀ ਨੀਡ ਆਫ ਦੀ ਆਲ। ਵਟ ਡੂ ਯੂ ਥਿੰਕ? ਇਹ ਕੌੜਾ ਸੱਚ ਹੈ, ਸ਼ਾਇਦ ਬਹੁਤ ਸਾਰਿਆਂ ਨੂੰ ਵੀ ਪਤਾ ਹੋਵੇ ਇਸ ਚੀਜ਼ ਦਾ, ਪਰ ਉਹ ਇਸ ਗੱਲ ਕਰਨੀ ਨਹੀਂ ਚਾਹੁੰਦੇ। ਅਸੀਂ ਪ੍ਰਚਾਰਕ ਵੀ ਨਹੀਂ ਠੀਕ ਬਣਾ ਰਹੇ,
ਸਾਡੇ ਪ੍ਰਚਾਰਕ ਜੋ ਨੇ ਉਹ ਐਜੂਕੇਟਡ ਹੋਣੇ ਚਾਹੀਦੇ ਆ, ਮਲਟਾਈਲਿੰਗੁਅਲ ਹੋਣੇ ਚਾਹੀਦੇ ਨੇ, ਤਾਂ ਕਿ ਸਾਡੇ ਆਉਣ ਵਾਲੇ ਭਵਿੱਖ ਦੇ ਨਾਲ ਉਹ ਗੱਲਬਾਤ ਕਰ ਸਕਣ, ਨਾ ਕਿ ਇਕੱਲਾ ਸਾਡੇ ਭਵਿੱਖ ਨਾਲ ਗੱਲ ਕਰ ਸਕਣ, ਉਹਨਾਂ ਨੂੰ ਦੁਨਿਆਵੀ ਵਿੱਦਿਆ ਵੀ ਨਾਲ ਹੋਵੇ। ਭਾਈ ਗੁਰਦਰਸ਼ਨ ਸਿੰਘ ਉਹਨਾਂ ਦੀ ਗੱਲ ਕਰ ਲਈਏ ਲੋਕਲ, ਹਾਂਜੀ ਉਹ ਦੇਖੋ ਕਿੰਨਾ ਯੂਥ ਉਹਨਾਂ ਦੇ ਨਾਲ ਜੁੜਿਆ ਹੋਇਆ, ਇਸੇ ਕਰਕੇ ਹੀ ਇਜ਼ ਏਬਲ ਟੂ ਕਮਿਊਨੀਕੇਟ ਇਨ ਇੰਗਲਿਸ਼, ਐਕਸਪਲੇਨ ਇਨ ਇੰਗਲਿਸ਼ ਆਲਸੋ, ਪੰਜਾਬੀ ਇੰਗਲਿਸ਼ ਦੋਨਾਂ ਸੁਮੇਲ ਬੜਾ ਸੋਹਣਾ ਕਰਦੇ ਨੇ। ਹਾਂਜੀ ਅਤੇ ਕਿਉਂ ਨਹੀਂ ਅਸੀਂ ਕਰ ਰਹੇ? ਕਿਉਂ ਨਹੀਂ ਕਰ ਰਹੇ? ਕਿਉਂਕਿ ਅਸੀਂ ਇਮਾਰਤਾਂ ਵੱਡੀਆਂ ਬਣਾਉਣ ਦੇ ਵਿੱਚ ਬਿਜ਼ੀ ਹੋਏ ਹਾਂ, ਲੰਗਰ ਦੇ ਵਿੱਚ ਇੱਕ ਸਬਜ਼ੀ ਤੋਂ ਦੋ ਹੋਈਆਂ, ਦੋ ਤੋਂ ਤਿੰਨ ਹੋਈਆਂ, ਬਫੇ ਲਾਉਣ ਦੇ ਨਾਲ ਬਫੇ ਲਾਉਣ ਤੇ ਲੱਗੇ ਹੋਏ ਹਾਂ। ਇਨ ਮਾਈ ਪਰਸਨਲ ਓਪੀਨੀਅਨ ਮੋਰ ਮਨੀ ਸ਼ੁੱਡ ਬੀ ਪੁਰਿੰਗ ਸ਼ੁੱਡ ਬੀ ਪੁਰ ਇਨ ਟੂ ਦ ਪਾਕਿਟਸ ਆਫ ਦ ਪ੍ਰਚਾਰਕਸ। ਅੰਡਰਪੇਡ ਨੇ, ਔਰ ਅੰਡਰਪੇਡ ਦੇ ਕਾਰਨ ਉਹ ਕੀ ਕਰਦੇ ਨੇ ਕਿ ਜਿਵੇਂ ਵਿਚਾਰੇ ਪੰਡਤਾਂ ਦਾ ਹਾਲ ਸੀਗਾ ਜੀ, ਗੱਡੀ ਨਵੀਂ ਲਈ ਆ ਉਹਦੀ ਪੂਜਾ ਕਰਾ ਲਓ, ਘਰ ਨਵਾਂ ਲਿਆ ਹੈ ਉਹਦੀ ਪੂਜਾ ਕਰਾ ਲਓ, ਅਸੀਂ ਹੁਣ ਪੂਜਾ ਅਸੀਂ ਪਾਠ ਕਹਿ ਦਿੰਦੇ ਹਾਂ, ਉਹ ਪੂਜਾ ਕਹਿੰਦੇ ਸੀਗੇ। ਅਰਦਾਸ ਦੇ ਪੰਜਾਹ ਰੁਪਏ, ਅਰਦਾਸ ਦੇ $50 ਨੇ, ਜਾਂ ਜਿੰਨਾ ਵੀ ਆ, ਜਾਂ ਗੱਡੀ ਨਵੀਂ ਲਈ ਉਹਦੀ ਅਰਦਾਸ ਲੈ ਲਓ। ਕਿਉਂਕਿ ਜੇ ਹੁਣ ਮੇਰਾ ਢਿੱਡ ਨਹੀਂ ਭਰਿਆ, ਭੋਜਨ ਨਹੀਂ ਹੈਗਾ, ਪਰਿਵਾਰ ਚਲਾਉਣ ਲਈ ਖਰਚੇ ਨਹੀਂ ਹੈਗੇ, ਤੇ ਮੈਂ ਕਿਵੇਂ ਮਤਲਬ ਆਪਣੇ, ਮੈਂ ਆਪ ਨਹੀਂ ਪਰਮਾਤਮਾ ਦੇ ਚਰਨਾਂ 'ਚ ਲੱਗ ਸਕਦਾ, ਮੈਂ ਕਿਸੇ ਨੂੰ ਕੀ ਲਾਊਂਗਾ, ਕੀ ਮੈਂ ਪ੍ਰਚਾਰ ਕਰੂੰਗਾ? ਕਲੰਬਸ ਓਹਾਇਓ ਦੀ ਗੱਲ ਹੈ, ਗੁਰੂ ਘਰ ਦੇ ਵਿੱਚ ਜਿਹੜੇ ਵਨ ਆਫ ਦਾ ਥ੍ਰੀ ਸਾਡੇ ਉੱਥੇ ਰਾਗੀ ਕੀਰਤਨੀ ਹੈ ਜਾਂ ਗ੍ਰੰਥੀ ਨੇ, ਉਹਨਾਂ 'ਚ ਇੱਕ ਨਾਲ ਗੱਲ ਹੋਈ, ਉਹ ਕਹਿੰਦੇ ਵੀ ਵੀਰ ਜੀ ਮੈਂ ਹੁਣ ਨਹੀਂ ਲਵਾਂਗਾ, ਉਹਨਾਂ ਨੇ ਮੈਂ ਦੱਸਿਆ ਕਿ ਮੇਰੀ ਤਨਖਾਹ ਇੰਨੀ ਹੈ। ਹਾਂਜੀ ਹੁਣ ਤੁਸੀਂ ਦੱਸੋ, ਜਦੋਂ ਮੇਰਾ ਪਰਿਵਾਰ ਇੰਡੀਆ ਤੋਂ ਆਉਂਦਾ ਹੈ ਤਾਂ ਉਸ ਦੇ ਨਾਲ ਤਾਂ ਮੈਂ ਅਪਾਰਟਮੈਂਟ ਵੀ ਅਫੋਰਡ ਨਹੀਂ ਕਰ ਸਕਦਾ, ਨਹੀਂ ਕਰ ਸਕਦੇ। ਸੋ ਹਾਊ ਕੈਨ ਵੀ ਐਕਸਪੈਕਟ ਦੈਮ ਟੂ ਵਰਕ ਹਾਰਡ ਟੁਵਰਡਸ ਦ ਗੋਲ ਆਫ ਪਾਸਿੰਗ ਔਨ ਦ ਵਰਡ ਆਫ ਸਿੱਖਿਜ਼ਮ ਟੂ ਆਰ ਯੂਥ? ਬਿਲਕੁਲ, ਅਸੀਂ ਉਹਨਾਂ ਨੂੰ ਬਲੇਮ ਤਾਂ ਨਹੀਂ ਕਰ ਸਕਦੇ, ਬਟ ਉਪਰਾਲਾ ਤਾਂ ਹਮਲਾ ਮਾਰਨਾ ਪੈਣਾ। ਬਿਲਕੁਲ, ਸੋ ਤੁਸੀਂ, ਕਿਉਂਕਿ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਸਿੱਖੀ ਸਿਧਾਂਤ ਜਿਹੜੇ ਨੇ ਉਹ ਬਹੁਤ ਵਧੀਆ ਨੇ, ਸਿੱਖੀ ਸਿਧਾਂਤਾਂ ਦਾ ਪ੍ਰਚਾਰ ਹੋਣਾ ਚਾਹੀਦਾ, ਔਰ ਤੁਸੀਂ ਕਿਸੇ ਦਿਨ ਵੀ ਵੋਟਿੰਗ ਕਰਾ ਕੇ ਦੇਖ ਲਿਓ, 100 ਚੋਂ 1 ਵੀ ਬੰਦਾ ਨਹੀਂ ਕਹੇਗਾ ਕਿ ਹਾਂ ਮੇਰਾ ਪੁੱਤ ਜਿਹੜਾ ਉਹ ਚੰਗਾ ਕਥਾਵਾਚਕ ਬਣੇਗਾ, ਮੇਰੀ ਧੀ ਕੀਰਤਨੀਆਂ ਸੋਹਣੀ ਮਤਲਬ ਸੋਹਣਾ ਕੀਰਤਨ ਕਰੇਗੀ। ਐਜ਼ ਏ ਪ੍ਰੋਫੈਸ਼ਨ ਅਸੀਂ ਇਸ ਚੀਜ਼ ਨੂੰ ਬਹੁਤ ਮਾੜਾ ਮੰਨਦੇ ਹਾਂ, ਵਾਜਿਆਂ ਵਾਲੇ ਆ ਗਏ, ਗਾਉਣ ਵਾਲੇ ਆ ਗਏ, ਬਾਬਾ ਲੱਗਾ ਹੈ, ਡਾਲਰ ਦੇ ਦਿਓ, ਇਹ ਸ਼ਬਦ ਆਮ ਤੌਰ 'ਤੇ ਸਾਨੂੰ ਸੁਣਨ ਨੂੰ ਮਿਲਦੇ ਨੇ, ਕਿਉਂਕਿ ਸਾਡੀ ਸਾਈਕੀ ਦੇ ਵਿੱਚ ਚੀਜ਼ ਚਲੀ ਗਈ ਹੈ ਕਿ ਇਹਦੀ ਕੋਈ ਇੰਨੀ ਵੈਲਿਊ ਹੈ ਨਹੀਂ। ਇੱਕ ਰਸਮਾਂ ਤੱਕ ਰਹਿ ਗਿਆ, ਇੱਕ ਰਿਵਾਜ਼ ਰਹਿ ਗਿਆ ਹੈ, ਜਦੋਂ ਆਨੰਦ ਕਾਰਜ ਹੁੰਦੇ ਨੇ ਉਦੋਂ ਬਸ ਜੀ ਬਸ 15 ਮਿੰਟਾਂ 'ਚ ਕਰ ਦੇਣ ਭਾਈ ਸਾਹਿਬ, ਬਸ ਹੁਣੇ ਹੀ ਅਸੀਂ ਚਲੇ ਜਾਣਾ, ਬੜਾ ਜ਼ਰੂਰੀ ਕੰਮ ਹੈ, 12 ਨਾ ਵੱਜਾਂ ਕਿਤੇ, 3-4 ਘੰਟੇ ਅਸੀਂ ਮਤਲਬ ਵੀ ਗਾਣੇ ਲਾ ਕੇ ਨੱਚ ਲੈਂਦੇ ਹਾਂ, ਪਰ ਜਦੋਂ ਉੱਥੇ ਜੇ ਭਾਈ ਸਾਹਿਬ ਨੇ ਇੱਕ ਸ਼ਬਦ ਕੀਰਤਨ ਇੱਕ ਸ਼ਬਦ ਵੱਧ ਪੜ੍ਹ ਦਿੱਤਾ ਤਾਂ ਉਹ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ, ਕਹਿ ਲਓ ਕਿ ਸਾਰੇ ਵਿਆਹ ਗੱਲ ਹੀ ਉਹੀ ਹੋਈ ਜਾਂਦੀ ਹੈ ਕਿ ਭਾਈ ਸਾਹਿਬ ਨੇ ਬਹੁਤ ਦੇਰ ਲਾ ਦਿੱਤੀ ਅੱਜ। ਨਾਭੇ ਭਾਈ ਸਾਹਿਬ ਆਪਣੇ ਮਿੱਤਰ ਨੇ, ਦੋਸਤ ਨੇ, ਉਹਨਾਂ ਨੂੰ ਪਿਆਰ ਨਾਲ ਕਹਿੰਦੇ ਬਾਬਾ ਕਾਲੀ। ਹਾਂਜੀ, ਅਤੇ ਉਹਨਾਂ ਦਾ ਇਸੇ ਵਿਸ਼ੇ 'ਤੇ ਵਿਚਾਰ ਵਟਾਂਦਰਾ ਇੱਕ ਵਾਰੀ ਹੋਇਆ ਕੁਛ ਸਾਲ ਪਹਿਲਾਂ, ਉਹ ਕਹਿਣ ਲੱਗੇ ਵੀ ਭਾਈ ਸਾਹਿਬ ਮੈਂ ਆਪਣੇ ਬੱਚਿਆਂ ਨੂੰ ਸਿੱਖੀ 'ਚ ਪ੍ਰਪੱਖ ਕਰਾਂਗਾ, ਪਰ ਉਹਨਾਂ ਨੂੰ ਕਹਾਂਗਾ ਬੇਟਾ ਵੀ ਤੁਸੀਂ ਗ੍ਰੰਥ ਹੀ ਨਹੀਂ ਬਣਨਾ ਜ਼ਿੰਦਗੀ ਦੇ ਵਿੱਚ। ਕਿੱਡੇ ਕਿੱਡੇ ਸ਼ਰਮ ਦੀ ਗੱਲ। ਬਿਲਕੁਲ, ਮੈਂ ਅਕਸਰ ਇਹ ਗੱਲ ਚਾਹੀ ਹੈ ਕਿ ਇਹ ਜਿਹੜਾ ਬੇਇਨਸਾਫੀ ਹੈ ਸਾਡੇ ਜਿੰਨੇ ਕੀਰਤਨੀਆਂ ਨੇ ਗ੍ਰੰਥੀ ਨੇ ਗੁਰੂ ਘਰ ਦੇ, ਵੀ ਉਹਨਾਂ ਦੀ ਆਵਾਜ਼ ਨੂੰ ਉਠਾਇਆ ਜਾਵੇ। ਇੱਕ ਵਾਰੀ ਮੈਂ ਇਨਵਾਈਟ ਵੀ ਕੀਤੇ ਸੀ ਪਰ ਉਹ ਕਿਸੇ ਗੱਲੋਂ ਥੋੜ੍ਹਾ ਜਿਹਾ ਚਿਚਕ ਗਿਆ, ਨਹੀਂ ਪਹੁੰਚੇ ਟੀਵੀ 'ਤੇ, ਪਰ ਮੈਂ ਅੱਜ ਤੁਹਾਡੇ ਨਾਲ ਦੋਨੋਂ ਇਹ ਗੱਲ ਜ਼ਰੂਰ ਕਹਾਂਗਾ ਉਹਨਾਂ ਦੇ ਪੱਖ ਦੇ ਵਿੱਚ ਕਿ ਸਾਨੂੰ ਆਪਣੇ ਜਿਹੜੇ ਗ੍ਰੰਥੀ ਨੇ ਕਥਾ ਪ੍ਰਚਾਰਕ ਨੇ ਸਾਡੇ ਧਰਮ ਦੇ, ਹਾਂਜੀ, ਉਹਨਾਂ ਨੂੰ ਇੰਨਾ ਸਤਿਕਾਰ ਦੇ ਦਈਏ ਕਿ ਉਹਨਾਂ ਨੂੰ, ਤਾਂ ਜੋ ਉਹ ਆਪਣੇ ਆਪ 'ਚ ਉਹਨਾਂ ਦਾ ਜੀ ਕਰੇ ਕਿ ਅਸੀਂ ਇੰਗਲਿਸ਼ ਅਤੇ ਹੋਰ ਲੈਂਗੁਏਜ ਦੇ ਰਾਹੀਂ ਡੀਪਰ ਸਟੱਡੀ ਕਰਕੇ ਵੀ ਕਿਹਾ। ਕਿਉਂਕਿ ਫਿਰ ਗੱਲ ਆ ਜਾਂਦੀ ਉੜੇ ਆੜੇ ਦੀ ਕਿ ਜੇ ਸਾਡੇ ਗੁਰੂ ਨੇ ਸਾਨੂੰ ਪਹਿਲਾਂ ਪੰਗਤ ਫਿਰ ਸੰਗਤ 'ਚ ਆਉਣ ਲਈ ਕਿਹਾ, ਉਹ ਇਹ ਸੀਗਾ ਕਿ ਗਰੀਬ ਜਿਹੜਾ ਭੁੱਖਾ ਹੈ ਉਹ ਪਹਿਲਾਂ ਉਹਦਾ ਢਿੱਡ ਤਾਂ ਭਰ ਲਓ, ਆਤਮਕ ਗਿਆਨ ਦੀ ਤਾਂ ਵਾਧਾ ਲੋੜ ਪਏਗੀ, ਪਹਿਲਾਂ ਸਰੀਰ ਦੀਆਂ ਜ਼ਰੂਰਤਾਂ ਵੀ ਨਾਲ ਪੂਰੀਆਂ ਕਰੋ ਨਾ। ਗੱਲ ਆਪਾਂ ਕੀਤੀ ਪਰੇਡ ਦੀ, ਸਿੱਖ ਆਈਡੈਂਟੀਟੀ ਦੀ, ਡਿਫਰੈਂਸਿਸ ਦੀ, ਇੰਡੀਆਨਾ ਦੇ ਗੁਰੂ ਘਰ ਦੀ ਲੜਾਈ ਦੀ, ਗੱਲ ਤੁਰ ਪਈ ਗ੍ਰੰਥੀਆਂ ਦੀ, ਇੱਕ ਤੋਂ ਬਾਅਦ ਪ੍ਰੋਬਲਮ ਆਫਟਰ ਪ੍ਰੋਬਲਮ, ਮਤਲਬ ਸਿੱਖ ਧਰਮ ਐਜ਼ ਏ ਧਰਮ ਐਜ਼ ਏ ਕਮਿਊਨਿਟੀ ਜਿਸ ਮੋੜ 'ਤੇ ਖੜੀ ਹੈ, ਮੈਂ ਆਮ ਵੈਰੀ ਆਪਟਮਿਸਟ ਕਿ
ਜਿਵੇਂ ਕਹਿੰਦੇ ਨੇ ਚੱਕਾ ਅਗਰ ਖੜਾ ਅੱਗੇ ਨੂੰ ਤੁਰੇ ਜਾਂ ਪਿੱਛੇ ਤੁਰੇ ਥੱਲੇ ਵਾਲਾ ਪਾਸਾ ਉੱਪਰ ਹੀ ਆਉਣਾ। ਮੈਂ ਉਮੀਦ ਕਰ ਰਿਹਾ ਕਿ ਜਿਵੇਂ ਕਿਸੇ ਵਕਤ ਚੱਕਾ ਤੁਰੇਗਾ ਔਰ ਸਾਡਾ ਜਿਹੜਾ ਧਰਮ ਹੈ ਉਹ ਤਰੱਕੀ ਵੱਲ ਨੂੰ ਵਧੇਗਾ ਇਸ ਪੱਖ ਇਹਨਾਂ ਪੱਖਾਂ ਤੋਂ। ਤੁਹਾਡਾ ਨਜ਼ਰੀਆ ਕੀ ਹੈ? ਮੇਰਾ ਨਜ਼ਰੀਆ ਵੀ ਤੁਹਾਡੇ ਤੋਂ ਕੋਈ ਜ਼ਿਆਦਾ ਵੱਖਰਾ ਨਹੀਂ ਹੈ। ਪਰ ਆਈ ਐਮ ਐਕਸਟ੍ਰੀਮਲੀ ਆਪਟੀਮਿਸਟਿਕ ਦੈਟ ਯੂ ਨੋ ਆਰ ਫਿਊਚਰ ਇਜ਼ ਲੁਕਿੰਗ ਬ੍ਰਾਈਟ ਬਿਕੋਜ਼ ਫਾਈਨਲੀ ਵੀ ਆਰ ਰਿਅਲਾਈਜ਼ਿੰਗ ਨਾਓ ਵੀ ਆਰ ਦ ਸੈਕਿੰਡ ਔਰ ਦ ਥਰਡ ਜਨਰੇਸ਼ਨ ਇਨ ਦਿਸ ਕੰਟਰੀ ਇਨ ਕੈਨੇਡਾ ਸਪੈਸ਼ਲੀ ਵੀ ਆਰ ਰਿਅਲਾਈਜ਼ਿੰਗ ਦੈਟ ਵੀ ਨੀਡ ਟੂ ਰੀਥਿੰਕ। ਯੂਥ ਲਈ ਕੋਈ ਸੁਨੇਹਾ ਇੰਗਲਿਸ਼ ਦੇ ਵਿੱਚ? ਕੋਈ ਯੂਥ ਲਈ ਸੁਨੇਹਾ? Well, all what I would say is that listen to your heart, make sure your heart is in tune with the Guru. You don't need a third party to tell you whether you're doing it right or wrong. Just do it. Follow the path of the Guru. Make sure you have one-on-one relationship with the Guru, because the Guru is the Jyot of the God, of our Lord of Waheguru. So make sure you stay in touch with the Guru, and the Guru will guide you, because with myself I cannot do anything. ਜਿਵੇਂ ਕਿਸੇ ਵੇਲੇ ਸੋਚਿਆ ਵੀ ਹੁੰਦਾ ਕਿ ਚੱਲ ਕੇ ਗੁਰੂ ਘਰ ਸੇਵਾ ਕਰਾਂਗੇ, ਪਰ ਉਹ ਨਹੀਂ ਹੁੰਦੀ। ਸਿੱਖ ਕੀ ਕਰੇ? ਤੁਸੀਂ ਸੋਚਿਆ ਹੈ ਕਿ ਪਾਠ ਕਰਨਾ ਹੈ, ਨਹੀਂ ਹੁੰਦਾ। ਸਿੱਖ ਅਰਦਾਸ ਕਰੇ, ਗੁਰੂ ਨੇ ਸੋਲੂਸ਼ਨ ਵੀ ਨਾਲ ਦਿੱਤਾ। I should be praying for myself, I should be doing an ardas for myself as well as the sarbat, which is not just limited to the Sikhs or all the religions or all humanity. It includes the plants, the animals, the world, the galaxy. That is sarbat. Youth di gal kiti hai, jande jande apa chardi kala sports club Virginia da apna, haanji young generation, thodi generation da kidda parala dastar da din ਬਿਲਕੁਲ ਉਹਨਾਂ ਨੇ ਮਨਾਇਆ। ਹਾਂਜੀ, ਬਲੱਡ ਡਰਾਈਵ ਵੀ ਬੜੀ ਜਲਦੀ ਕਰਨ ਜਾ ਰਹੇ ਨੇ, ਵੇਟ ਲਿਫਟਿੰਗ ਦਾ ਪ੍ਰੋਗਰਾਮ ਵੀ ਉਹਨਾਂ ਨੇ ਕਰਨਾ ਹੈ। ਹਾਂਜੀ, ਕਬੱਡੀ ਟੂਰਨਾਮੈਂਟ ਵੀ ਡੀ ਸੀ ਚੋ ਹੀ ਕਰਾਉਂਦੇ ਨੇ, ਪਿਛਲੇ ਸਾਲ ਸ਼ੁਰੂ ਕਰਤਾ। ਸੋ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਆਪਣੇ ਟੀਵੀ ਚੈਨਲ ਤੋਂ। ਹਾਂਜੀ ਬਿਲਕੁਲ ਕਰਨਾ ਚਾਹੀਦਾ, ਔਰ ਤੁਸੀਂ ਉਹਨਾਂ ਵੀਰਾਂ ਭੈਣਾਂ ਦੇ ਨਾਲ ਜਦੋਂ ਗੱਲ ਕਰਦੇ ਹੋ ਯੂ ਗੈਟ ਸੱਚ ਏ ਪੋਜ਼ਿਟਿਵ ਵਾਈਬ, ਐਂਡ ਦੈਨ ਹਾਊ ਕੈਨ ਯੂ ਸੇ ਦੈਟ ਆਵਰ ਫਿਊਚਰ ਇਜ਼ ਨਾਟ ਬ੍ਰਾਈਟ? ਉਹ ਜਿਹੜੀਆਂ ਕਿਰਨਾਂ ਨੇ ਨਾ, ਉਹ ਉਮੀਦ ਦੀਆਂ ਕਿਰਨਾਂ ਨੇ ਕਿ ਯੈਸ, ਜਿਵੇਂ ਚੜ੍ਹਦੀ ਕਲਾ ਸਪੋਰਟਸ ਕਲੱਬ ਵਾਲੇ ਨੇ ਜਾਂ ਤੁਹਾਡੇ ਵਰਗੇ ਯੂਥ ਜਿਹੜੇ ਇਸ ਸਿੱਖੀ ਬਾਣੀ ਨੂੰ, ਸਿੱਖੀ ਪਹਿਰਾਵੇ ਨੂੰ, ਸਿੱਖੀ ਸੋਚ ਨੂੰ ਅੱਗੇ ਲੈ ਕੇ ਵੱਧ ਰਹੇ ਨੇ। ਇਟਸ ਬੀਨ ਪਲੇਜ਼ਰ ਹੈਵਿੰਗ ਯੂ ਹੇਅਰ। ਥੈਂਕ ਯੂ ਐਜ਼ ਆਲਵੇਜ਼। ਸੋ ਛੋਟਾ ਪਰਾਲਾ ਜੀ, ਮਾਈ ਟੀਵੀ ਦਾ ਡੀ ਸੀ ਨਾਈਟ ਵਿਦ ਪੌਲ ਬਾਠ ਦਾ, ਮੈਂ ਤੁਹਾਡਾ ਆਪਣਾ ਪੌਲ ਬਾਠ। ਇਹੀ ਉਪਰਾਲਾ ਕਰਦਾ ਹੁੰਦਾ ਕਿ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੀਏ। ਵਾਸ਼ਿੰਗਟਨ ਡੀ ਸੀ ਸਾਡਾ ਸ਼ਹਿਰ ਹੈ, ਇੱਥੋਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਸਾਡੇ ਬੱਚੇ, ਸਾਡੀਆਂ ਭੈਣਾਂ, ਬੱਚੀਆਂ, ਭਰਾ, ਸਾਡੀ ਕਮਿਊਨਿਟੀ ਦੇ ਉਹ ਨੁਮਾਇੰਦੇ ਜਿਹੜੇ ਹਰ ਤਰ੍ਹਾਂ ਦਾ ਹਮਲਾ ਮਾਰ ਰਹੇ ਨੇ ਆਪਣੇ ਇਨਸਾਨੀਅਤ ਦੇ ਲਈ, ਆਪਣੇ ਧਰਮ ਦੇ ਲਈ, ਸਾਡੀ ਆਈਡੈਂਟੀਟੀ ਲਈ, ਅਸੀਂ ਉਹਨਾਂ ਦੇ ਰਿਣੀ ਹੈ। ਔਰ ਉਹਨਾਂ ਨੂੰ ਖੁੱਲ੍ਹਾ ਸੱਦਾ ਕਿ ਡੀ ਸੀ ਨਾਈਟ ਵਿਦ ਪੌਲ ਬਾਠ, ਉਹਨਾਂ ਦੇ ਵਿਚਾਰ, ਉਹਨਾਂ ਦੀ ਮਿਹਨਤ ਮੁਸ਼ੱਕਤ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਵਿਊਜ਼ ਨਾਲ ਸਾਂਝਾ ਕਰਨ ਦੇ ਵਿੱਚ ਫਖਰ ਮਹਿਸੂਸ ਕਰੇਗਾ। ਦੇ ਆਰ ਇਨਵਾਈਟਡ ਟੂ ਜੁਆਇਨ ਅਸ ਐਨੀ ਟਾਈਮ। ਇਟਸ ਨੋਟ ਦੈਟ ਕਿ ਮੇਰੇ ਕੋਲ ਗੈਸਟਾਂ ਦੀ ਕਮੀ ਹੈ, ਬਟ ਸੋਚ ਇਹ ਹੈ ਕਿ ਇਹ ਜਿਹੜਾ ਪਲੇਟਫਾਰਮ ਹੈ ਹਰੇਕ ਇੱਕ ਨੂੰ ਜਿਹੜਾ ਪ੍ਰੋਵਾਈਡ ਕੀਤਾ ਜਾ। ਬਿਲਕੁਲ, ਵਾਂਸ ਅਗੇਨ ਥੈਂਕ ਯੂ ਵੈਰੀ ਮੱਚ ਪਵਨ ਜੀ, ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਮੇਂ ਨਾਲ ਸਾਡੇ ਨਾਲ ਤੁਸੀਂ ਜੁੜਦੇ ਰਹਿੰਦੇ ਹੋ। ਹਰ ਫਰਾਈਡੇ 7 ਵਜੇ ਆਪਣਾ ਟਾਈਮ ਹੈ ਜੀ, ਔਰ ਇਸ ਤਰ੍ਹਾਂ ਵਾਹਿਗੁਰੂ ਨੇ ਚਾਹਿਆ ਤਾਂ ਉਪਰਾਲਾ ਹੁੰਦਾ ਰਹੇਗਾ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਖੁਸ਼ ਰਹੋ ਜੀ।